ਕਹਿੰਦੇ ਜੋ ਨਾ ਕਿਉਂ ਨਹੀਂ ਦੇਣਾ ਕਹਿੰਦੇ ਨਹੀਂ ਦੇਣਾ ਕਹਿੰਦੇ ਨਹੀਂ ਦੇਣਾ ਨਾ ਪ੍ਰਧਾਨ ਨੇ ਨੰਗਨ ਨੇ ਦੇਣਾ ਪਾਸ ਜਾਏ ਫੈਸਲਾ ਕਰ ਮੁਰਦਾਬਾ ਅਸੀਂ ਆਪਣੇ ਸਹੁਰਿਆਂ ਤੇ ਜਾ ਰਹੇ ਸੀਗੇ ਅਸੀਂ ਉੱਥੇ ਬੇੜੀ ਨਾ ਮਿਲਣ ਦੇ ਕਰਕੇ ਵਾਪਸੀ ਆ ਰਹੇ ਤੇ ਸਾਡੇ ਅੱਗੇ ਲਿਆ ਕੇ ਉਹਨੇ ਗੱਡੀ ਮਾਰੀ ਮੁਲਾਜ਼ਮ ਨੇ ਕਿੱਥੋਂ ਦੇ ਮੁਲਾਜ਼ਮ ਸੀਗੇ ਗੁਰਪ੍ਰਤਾਪ ਸਿੰਘ ਉਹਦਾ ਨਾਂ ਤੇ ਨਾਲ ਇੱਕ ਤਰਸੇਬ ਸਿੰਘ ਆ ਜੋਗੇ ਠਾਣੇ ਦੇ ਆ ਇੱਕ ਬੰਦਾ ਆਪਦੇ ਸਹੁਰੇ ਜਾ ਰਿਹਾ ਸੀ ਨਾਲ ਉਹਦੇ ਉਹਦਾ ਬਾਪ ਸੀ ਚਾਚੇ ਦਾ ਮੁੰਡਾ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਜੋਗੇਵਾਲ ਦੀ ਪੁਲਿਸ ਦੱਸਦੇ ਆ ਮੱਖੂ ਦੀ ਪੁਲਿਸ ਦੱਸਦੇ ਆ ਕੇ ਉਹਦੇ 'ਚ ਮਾਰ ਕੇ ਗੱਡੀ ਉਹਨੂੰ ਉੱਥੋਂ ਧੂ ਕੇ ਉਹਦੇ ਗਲ 'ਚ ਪਰਨਾ ਪਾ ਕੇ ਉਹਨੂੰ ਧੂਈ ਫਿਰਦੇ ਰਹੇ ਉਹਦਾ ਇੰਨੀ ਜ਼ੋਰ ਦੀ ਗਲ ਘੁੱਟਿਆ ਕਿ ਉਹਦੀ ਥਾਂ 'ਤੇ ਮੌਤ ਹੋ ਗਈ ਉਸ ਬੰਦੇ ਦੇ ਮੂੰਹ ਤੋਂ ਲੱਗਾ ਹੋਇਆ ਵਾ ਲਹੂ ਠੀਕ ਆ ਸਾਨੂੰ ਮੇਰੇ ਭਰਾ ਦਾ ਇਸ ਦਾ ਵੀ ਸਾਨੂੰ ਖਤਰਾ ਇੱਕ ਤਾਂ ਸਾਡੇ ਤੋਂ ਉਹਨੇ ਲਿਆ ਖੋਸ ਠੀਕ ਆ ਜੇ ਸਾਡੇ ਬਾਈ ਚਾਂਸ ਇਹ ਮੁੰਡੇ ਨੂੰ ਵੀ ਕੁਛ ਹੋ ਗਿਆ ਅਸੀਂ ਉਸ ਮੁਲਾਜ਼ਮ ਤੋਂ ਹੀ ਇਹ ਮੁੰਡਾ ਲੈਣਾ ਵਾ ਠੀਕ ਆ ਕੁੱਟਮਾਰ ਕਰਨ ਤੋਂ ਸ਼ੁਰੂ ਬਾਅਦ ਉਸ ਵਿਜੇ ਕੁਮਾਰ ਦਾ ਗਲਾ ਘੁੱਟਿਆ ਨੇ ਅਤੇ ਮੈਂ ਜਾ ਕੇ ਛੁਡਾਉਣ ਗਿਆ ਛੁਡਾ ਕੇ ਉਸਨੇ ਜਦੋਂ ਛੱਡਿਆ ਗਲਾ ਉਹਦਾ ਠੀਕ ਆ ਜੀ ਗਲੇ ਛੱਡਣ ਦੇ ਸਾਰ ਹੀ ਉਹ ਮੂੰਹ ਪਰ ਸੜਕ 'ਤੇ ਆਣ ਕੇ ਡਿੱਗ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਗਲਾ ਉਸਨੇ ਪਰਨਾ ਹੀ ਉਹਦੇ ਗਲ ਦੇ ਵਿੱਚ ਮੇਰੇ ਬ੍ਰਦਰ ਦੇ ਉਸ ਪਰਨੇ ਦੇ ਨਾਲ ਹੀ ਗਲਾ ਘੁੱਟਦਾ ਸੋ ਮੈਨੂੰ ਤਾਂ ਕਿਸੇ ਨੇ ਇਹ ਵੀ ਦੱਸਿਆ ਵੀ ਜਿਹੜੇ ਪੁਲਿਸ ਵਾਲੇ ਨੇ ਇਹ ਕੰਮ ਕੀਤਾ ਉਹ ਆਪ ਬਹੁਤ ਨਸ਼ੇਦਾਤੀ ਹੈ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀਰੇ ਇੱਕ ਸਾਡਾ ਲਿਆ ਭਰਾ ਉਹਨੇ ਖੋ ਠੀਕ ਆ ਉਸ ਬੰਦੇ ਦੇ ਮੂੰਹ ਤੋਂ ਲੱਗਾ ਹੋਇਆ ਵਾ ਲਹੂ ਠੀਕ ਆ ਸਾਨੂੰ ਮੇਰੇ ਭਰਾ ਦਾ ਇਸ ਦਾ ਵੀ ਸਾਨੂੰ ਖਤਰਾ ਇੱਕ ਤਾਂ ਸਾਡੇ ਤੋਂ ਉਹਨੇ ਲਿਆ ਖੋਸ ਠੀਕ ਆ ਜੇ ਸਾਡੇ ਬਾਈ ਚਾਂਸ ਇਹ ਮੁੰਡੇ ਨੂੰ ਵੀ ਕੁਛ ਹੋ ਗਿਆ ਅਸੀਂ ਉਸ ਮੁਲਾਜ਼ਮ ਤੋਂ ਹੀ ਇਹ ਮੁੰਡਾ ਲੈਣਾ ਵਾ ਠੀਕ ਆ ਅਸੀਂ ਤਬਾਹੀ ਵੀ ਦੇਣੀ ਮਚਾ ਸਾਨੂੰ ਇਸ ਮੁੰਡੇ ਦਾ ਵੀ ਸਾਨੂੰ ਇਨਸਾਫ਼ ਚਾਹੀਦਾ ਸਾਡੇ ਦਾ ਠੀਕ ਆ ਸਾਨੂੰ ਉਸ ਮੁੰਡੇ ਦਾ ਇਨਸਾਫ਼ ਸਾਨੂੰ ਇਸ ਦਾ ਦੇ ਦੇਵੇ ਸਾਡੇ ਸਾਹਮਣੇ ਪੇਸ਼ ਹੋ ਜਾਵੇ ਠੀਕ ਆ ਅਸੀਂ ਉਹਨਾਂ ਦਾ ਖਹਿੜਾ ਛੁੱਟਿਆ ਠੀਕ ਆ ਹਾਂਜੀ ਭਾਅ ਜੀ ਕੀ ਘਟਨਾ ਹੋਈ ਅੱਜ ਉਹਦੇ ਬਾਰੇ ਦੱਸੋ ਮਾੜਾ ਜਿਹਾ ਜੀ ਇਹ ਬੜਾ ਮੰਦਭਾਗਾ ਅੱਜ ਕੰਮ ਹੋਇਆ ਇੱਕ ਬੰਦਾ ਆਪਦੇ ਸਹੁਰੇ ਜਾ ਰਿਹਾ ਸੀ ਨਾਲ ਉਹਦੇ ਉਹਦਾ ਬਾਪ ਸੀ ਚਾਚੇ ਦਾ ਮੁੰਡਾ ਸੀ ਮੋਟਰਸਾਈਕਲ 'ਤੇ ਜਾ ਰਹੇ ਸੀ ਜੋਗੇਵਾਲ ਦੀ ਪੁਲਿਸ ਦੱਸਦੇ ਆ ਮੱਖੂ ਦੀ ਪੁਲਿਸ ਦੱਸਦੇ ਆ ਕੇ ਉਹਦੇ 'ਚ ਮਾਰ ਕੇ ਗੱਡੀ ਉਹਨੂੰ ਉੱਥੋਂ ਧੂ ਕੇ ਉਹਦੇ ਗਲ 'ਚ ਪਰਨਾ ਪਾ ਕੇ ਉਹਨੂੰ ਧੂਈ ਫਿਰਦੇ ਰਹੇ ਉਹਦਾ ਇੰਨੀ ਜ਼ੋਰ ਦੀ ਗਲ ਘੁੱਟਿਆ ਕਿ ਉਹਦੀ ਥਾਂ 'ਤੇ ਮੌਤ ਹੋ ਗਈ ਇਹ ਕਿਹੜਾ ਇਨਸਾਫ਼ ਆ ਕਿਹੜਾ ਰਾਜ ਆ ਜਿੱਥੇ ਆਹ ਹਾਲਾਤ ਪੈਦਾ ਹੋ ਗਿਆ ਸੋ ਮੈਨੂੰ ਤਾਂ ਕਿਸੇ ਨੇ ਇਹ ਵੀ ਦੱਸਿਆ ਵੀ ਜਿਹੜੇ ਪੁਲਿਸ ਵਾਲੇ ਨੇ ਇਹ ਕੰਮ ਕੀਤਾ ਉਹ ਆਪ ਬਹੁਤ ਨਸ਼ੇਦਾਤੀ ਹੈ ਸੋ ਕਿਤੇ ਨਾ ਕਿਤੇ ਅਸੀਂ ਸਾਰਾ ਸਾਡਾ ਸਮਾਜ ਅੱਜ ਇਕੱਠਾ ਹੋਇਆ ਵਾ ਓਨੀ ਦੇਰ ਅਸੀਂ ਇਹ ਧਰਨਾ ਚੱਕਣਾ ਨਹੀਂ ਜਿੰਨੀ ਦੇਰ ਸਾਨੂੰ ਇਨਸਾਫ਼ ਨਹੀਂ ਮਿਲਦਾ ਉਹ ਬੰਦੇ ਫੜ ਕੇ ਅੰਦਰ ਨਹੀਂ ਦਿੱਤੇ ਜਾਂਦੇ ਕੀ ਨਾਮ ਤੇਰਾ ਮੇਰਾ ਨਾਮ ਗੁਰਪ੍ਰੀਤ ਸਿੰਘ ਸਾਨੂੰ ਪਿੱਪਲ ਸਿੰਘ ਪਿੰਡ ਫਤਿਹਗੜ੍ਹ ਪੈਂਤੂਰ ਕੀ ਘਟਨਾ ਕੀ ਵਾਪਰੀ ਤੇ ਟੈਨ ਘਟਨਾ ਵਾਪਰੀ ਜੀ ਮੈਂ ਤੇ ਮੇਰਾ ਚਾਚੇ ਦਾ ਮੁੰਡਾ ਕਸਨ ਬ੍ਰਦਰ ਅਸੀਂ ਆਪਣੇ ਸਹੁਰਿਆਂ ਤੇ ਜਾ ਰਹੇ ਕੀ ਨਾਮ ਸੀ ਉਹਦਾ ਵਿਜੇ ਕੁਮਾਰ ਜੀ ਜਿਹਦੀ ਡੈਥ ਹੋਈ ਆ ਉਸ ਬੰਦੇ ਦਾ ਨਾਮ ਵਿਜੇ ਕੁਮਾਰ ਆ ਅਸੀਂ ਆਪਣੇ ਸਹੁਰਿਆਂ ਤੇ ਜਾ ਰਹੇ ਸੀਗੇ ਅਸੀਂ ਉੱਥੇ ਬੇੜੀ ਨਾ ਮਿਲਣ ਦੇ ਕਰਕੇ ਵਾਪਸੀ ਆ ਰਹੇ ਤੇ ਸਾਡੇ ਅੱਗੇ ਲਿਆ ਕੇ ਉਹਨੇ ਗੱਡੀ ਮਾਰੀ ਮੁਲਾਜ਼ਮ ਨੇ ਕਿੱਥੋਂ ਦੇ ਮੁਲਾਜ਼ਮ ਸੀਗੇ ਗੁਰਪ੍ਰਤਾਪ ਸਿੰਘ ਉਹਦਾ ਨਾਂ ਤੇ ਨਾਲ ਇੱਕ ਤਰਸੇਬ ਸਿੰਘ ਆ ਜੋਗੇਵਾਲ ਠਾਣੇ ਦੇ ਆ ਇਸ ਟਾਈਮ ਤੇ ਉਸਨੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗੱਡੀ ਦੇ ਕੋਲ ਮਾਰ ਕੇ ਸਾਡੇ ਨਾਲ ਕੁੱਟਮਾਰ ਕਰਨ ਤੋਂ ਸ਼ੁਰੂ ਬਾਅਦ ਉਸ ਵਿਜੇ ਕੁਮਾਰ ਦਾ ਗਲਾ ਘੁੱਟਿਆ ਨੇ ਅਤੇ ਮੈਂ ਜਾ ਕੇ ਛੁਡਾਉਣ ਗਿਆ ਛੁਡਾ ਕੇ ਉਸਨੇ ਜਦੋਂ ਛੱਡਿਆ ਗਲਾ ਉਹਦਾ ਠੀਕ ਆ ਜੀ ਗਲੇ ਛੱਡਣ ਦੇ ਸਾਰ ਹੀ ਉਹ ਮੂੰਹ ਪਰ ਸੜਕ 'ਤੇ ਆਣ ਕੇ ਡਿੱਗ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਗਲਾ ਕਦੇ ਨਾ ਘੁੱਟਿਆ ਗਲਾ ਉਸਨੇ ਪਰਨਾ ਹੀ ਉਹਦੇ ਗਲ ਦੇ ਵਿੱਚ ਮੇਰੇ ਬ੍ਰਦਰ ਦੇ ਉਸ ਪਰਨੇ ਦੇ ਨਾਲ ਹੀ ਗਲਾ ਘੁੱਟਦਾ ਕਿੰਨੇ ਵਜੇ ਦੀ ਘਟਨਾ ਇਹ 1:30 ਦੇ ਵਿੱਚ ਘਟਨਾ ਜੀ
ਅਤੇ ਉਸਨੇ ਬਾਅਦ ਵਿੱਚ ਮੇਰੇ ਵੀ ਗੱਲ ਪਿਆ, ਮੇਰੇ ਵੀ ਗੱਲ ਦੇ ਵਿੱਚ ਪਰਨਾ ਪਾ ਗਏ, ਮੇਰੇ ਵੀ ਨੀਲ ਪਾਏ ਸਿਰ ਦੇ ਵਿੱਚ, ਮੇਰੇ ਵੀ ਸੱਟਾਂ ਮਾਰੀਆਂ ਉਸ ਬੰਦੇ ਨੇ। ਮਾਸਾ ਤਰਸ ਨਹੀਂ ਕੀਤਾ ਜੀ ਉਹ ਬੰਦੇ ਨੇ। ਅਤੇ ਅਸੀਂ ਇੱਕੋ ਗੱਲ ਕਹਿੰਦੇ ਹਾਂ, ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ।